ਆ ਚੋਰੀ ਕਰਦੇ ਫੜੇ ਗਏ ਜੀ ਚੈਨ ਲੰਦੇ ਦੇਖ ਭੈਣ ਚੋਰੀ ਚੈਨ ਨੂੰ ਕਿਤੇ ਲਾਈ ਚੈਨ ਲਾਈ ਇਹਨਾਂ ਨੇ ਜੀ ਭਾਈ ਦੋਨੋਂ ਭਰੇ ਜਿਹਦੀ ਮਰਜ਼ੀ ਚੈਨ ਲਾਈ ਦੋਨੋਂ ਭਰਾ ਦੋਨੋਂ ਕਿੰਨੀ ਵੱਡੀ ਕੀ ਗੱਲ ਹੋਈ ਰਿਤੂ ਕੀ ਗੱਲ ਹੋਈ ਸਾਰੀ ਭਾਜੀ ਮੈਂ ਇੱਧਰੋਂ ਲੰਘਣ ਡਈ ਸੀ ਤੇ ਇਹਨਾਂ ਨੇ ਨਾ ਇੱਕਦਮ ਮੇਰੇ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਚੇਨ ਮੇਰੀ ਟਾਈਟ ਸੀ ਜਦ ਇਹਨਾਂ ਦਾ ਹੱਥ ਨਹੀਂ ਪਿਆ ਚੇਨ ਮੇਰੀ ਟੁੱਟ ਕੇ ਤੇ ਇੱਥੇ ਰਸ਼ ਸੀ ਜਿਹਦੀ ਵਜ੍ਹਾ ਨਾਲ ਨਾ ਤੇਜ਼ ਜਾ ਨਹੀਂ ਪਾਏ ਮੈਂ ਨਾਲ ਹੀ ਚੀਕਾਂ ਮਾਰਨ ਲੱਗ ਗਈ ਕਿ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਇਹਨਾਂ ਨੂੰ ਅਤੇ ਉਹ ਇੱਕ ਜਿਹੜੀ ਪਿੱਛੇ ਲੇਡੀ ਬਣ ਕੇ ਬੈਠਾ ਸੀ ਮੁੰਡਾ ਉਹਨੇ ਕੀ ਕੀਤਾ ਇੱਥੋਂ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਨੂੰ ਮਾਰਨ ਪੈ ਗਿਆ ਅਤੇ ਚੇਨ ਮੇਰੀ ਨਾ ਥੱਲੇ ਇਹਨਾਂ ਕੋਲ ਹੱਥ ਨਹੀਂ ਪਿਆ ਉਹ ਟੁੱਟ ਕੇ ਡਿੱਗ ਗਈ ਅਤੇ ਉਹ ਇੱਕ ਆਂਟੀ ਪਿੱਛੇ ਆਣ ਡਈ ਸੀ ਉਹਨਾਂ ਨੇ ਮੇਰੀ ਚੇਨ ਫੜ ਲਈ ਮੈਂ ਭਾਅ ਜੀ ਉਹ ਮਾਰਕੀਟ ਆਈ ਸੀ ਥੋੜ੍ਹਾ ਬਰਤਨਾਂ ਵਾਲੀ ਸ਼ੋਪ 'ਤੇ ਨਾ ਮੈਂ ਅਤੇ ਮੇਰੀ ਦਰਾਣੀ ਸੀ ਉਹ ਦੋ ਜਾਣੇ ਸੀ ਹਾਂ ਇੱਕ ਜੈਂਟਸ ਸੀ ਅਤੇ ਪਿੱਛੇ ਇੱਕ ਲੇਡੀ ਬਣ ਕੇ ਹੀ ਬੈਠਾ ਜੈਂਟਸ ਸੀ ਸ਼ਾਇਦ ਹਾਂਜੀ ਚੇਨ ਮਿਲ ਗਈ ਮੇਰੀ ਚੇਨ ਟੁੱਟ ਗਈ ਹੈ ਬਟ ਉਹ ਥੱਲੇ ਉਹਨਾਂ ਕੋਲ ਨਾ ਹੱਥ ਨਹੀਂ ਪਿਆ ਜਾਂ ਕਿੰਨੀ ਜ਼ੋਰ ਦੀ ਉਹਨੇ ਮੇਰੇ ਮਾਰਿਆ ਇੱਥੇ ਗੱਲਬਾਤ ਇੱਦਾਂ ਜੀ ਕਿ ਦੋ ਚੋਰ ਮੋਟਰਸਾਈਕਲ 'ਤੇ ਚੈਨੀ ਲਾਉਂਦੇ ਫੜੇ ਆ ਰੰਗੇ ਹੱਥ ਉਹਦੇ 'ਚ ਇੱਕ ਜਿਹੜਾ ਵਾ ਮੁੰਡਾ ਮੋਨਾ ਅਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ 'ਤੇ ਕਲੰਕ ਲਾ ਤਾ ਜੀ ਕਿ ਆਉਣ ਵਾਲੇ ਟਾਈਮ 'ਚ ਹੁਣ ਲੋਕਾਂ ਨੂੰ ਬਾਬਿਆਂ ਕੋਲ ਵੀ ਜਿਹੜਾ ਅਲਰਟ ਰਹਿਣਾ ਪੈਣਾ ਕਿ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਕਿੱਦਾਂ ਦੇ ਚੋਰੀ ਕੀ ਚੋਰੀ ਕਰਦੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਣਦੇ ਉਹਨਾਂ ਦੇ ਧੱਫਾ ਮਾਰ ਕੇ ਚੈਨੀ ਲਾ ਲਈ ਅੱਧੀ ਅਤੇ ਬਾਜ਼ਾਰ ਦੇ ਵਿੱਚ ਥੋੜ੍ਹਾ ਜਿਹਾ ਰਸ਼ ਹੀ ਤਾਂ ਕਰਕੇ ਫੜੇ ਗਏ ਉਹਨਾਂ ਮੋਟਰਸਾਈਕਲ ਉਹ ਵੀ ਬਿਨਾਂ ਨੰਬਰ ਪਲੇਟ ਤੋਂ ਵੀ ਚੋਰੀ ਦਾ ਲੱਗਦਾ ਅਤੇ ਬਾਜ਼ਾਰ ਵਾਲਿਆਂ ਥੋੜ੍ਹੀ ਜਿਹੀ ਉਹਨਾਂ ਦੀ ਕੀਤੀ ਆ ਜਿਹੜਾ ਸੇਵਾ ਪਾਣੀ ਬਾਏ ਪੁਲਿਸ ਬੁਲਾ ਕੇ ਅਤੇ ਉਹਨਾਂ ਦੇ ਹੱਥ ਕਰਤੇ ਆ ਪੁਲਿਸ ਨੇ ਹੁਣ ਪੁਲਿਸ ਪਕਾਏਗੀ ਆਪਣਾ ਕਿ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਦੇਖੋ ਜੀ ਲੋਕਾਂ ਨੂੰ ਅਵੇਅਰ ਰਹਿਣਾ ਪੈਣਾ ਕਿ ਦਿਨ ਤਿਉਹਾਰ ਆਉਣ ਡੇ ਆ ਆਪਣੀ ਰਕਸ਼ਾ ਆਪ ਕਰਨੀ ਪੈਣੀ ਜੇ ਨਹੀਂ ਤਾਂ ਆਨਲਾਈਨ ਟਾਈਮ 'ਚ ਹੋਰ ਵੀ ਟਾਈਮ ਮਾੜਾ ਆ ਸਕਦਾ ਜੇ ਅਤੇ ਸਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤਾਂ ਜਿਹੜੇ ਆ ਹਰ ਟਾਈਮ ਤਿਆਰ ਹੀ ਰਹਿੰਦੇ ਨੇ ਇਹੋ ਜਿਹੇ ਕੰਮ ਜਿਹੜੇ ਚੋਰ ਚਾਰ ਫੜਨ ਵਾਸਤੇ ਅਸੀਂ ਸਾਨੂੰ ਟੈਲੀਫੋਨ ਆਇਆ ਅਸੀਂ ਮੌਕੇ 'ਤੇ ਪਹੁੰਚੇ ਹਾਂ ਬੰਦੇ ਫੜ ਲਏ ਆ ਥਾਣੇ ਲੈ ਗਏ ਆ ਵੈਰੀਫਾਈ ਕਰਕੇ ਜਾਂਚ ਕਰ ਰਹੇ ਹਾਂ ਕੀ ਕਰਦੇ ਪਏ ਇਹ ਕਿ ਚੈਨ ਲਾਈ ਹੈ ਲੇਡੀ ਦੀ ਇਹਨਾਂ ਨੇ ਅਤੇ ਸਾਨੂੰ ਮੌਕੇ 'ਤੇ ਟੈਲੀਫੋਨ ਆਇਆ ਅਤੇ ਪਬਲਿਕ ਨੇ ਬਹੁਤ ਸਾਰੇ ਪਬਲਿਕ ਨੇ ਬੰਦੇ ਫੜ ਲਏ ਨੇ ਅਤੇ ਥਾਣੇ ਭੇਜ ਦਿੱਤੇ ਨੇ ਅਤੇ ਪਹਿਚਾਣ ਹੋ ਗਈ ਇੱਕ ਬਾਬਾ ਆ ਅਤੇ ਇੱਕ ਬੰਦਾ ਨਾਲ ਆ ਜੀ